ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਤਿੰਦਰ ਸੱਤੀ ਔਰ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਸੋਲ ਬਲੌਗਸ ਦੇ ਵਿੱਚ। ਹਮ ਅਕੇਲੇ ਹੀ ਚਲੇ ਥੇ ਜਾਨਬੇ ਮੰਜ਼ਿਲ, ਲੋਕ ਮਿਲਤੇ ਗਏ ਔਰ ਕਾਰਵਾਂ ਬਣਤਾ ਗਿਆ। ਇਹ ਵੀਡੀਓ ਤਮਾਮ ਉਹਨਾਂ ਲੋਕਾਂ ਦੇ ਲਈ ਜਿਹੜੇ ਜ਼ਿੰਦਗੀ ਦੀ ਲੜਾਈ ਨੂੰ ਇਕੱਲਿਆਂ ਲੜ ਰਹੇ ਨੇ। ਬਹੁਤ ਸਾਰੇ ਮੈਸੇਜ ਇੰਸਟਾਗ੍ਰਾਮ 'ਤੇ, ਫੇਸਬੁੱਕ 'ਤੇ, ਅਲੱਗ ਅਲੱਗ ਸੋਰਸਿਸ ਦੇ ਥਰੂ ਆਉਂਦੇ ਨੇ ਕਿ ਸਾਡੇ ਪੇਰੈਂਟਸ ਨਹੀਂ ਹੈ, ਮੈਂ ਇਕੱਲੀ ਹਾਂ, ਮੇਰਾ ਡਿਵੋਰਸ ਹੋ ਗਿਆ, ਮੇਰੇ ਕੋਲ ਇੱਕ ਬੱਚਾ ਹੈ, ਮੇਰੇ ਰਿਸ਼ਤੇਦਾਰਾਂ ਨੇ ਮੈਨੂੰ ਛੱਡ ਦਿੱਤਾ ਹੈ, ਮੇਰੇ ਮਾਂ ਪਿਓ ਨੇ ਮੈਨੂੰ ਛੱਡ ਦਿੱਤਾ ਹੈ, ਮੇਰੇ ਦੋਸਤਾਂ ਨੇ ਮੈਨੂੰ ਛੱਡ ਦਿੱਤਾ ਹੈ। ਸੋ ਤਮਾਮ ਉਹ ਲੋਕ ਜੋ ਇਸ ਜ਼ਿੰਦਗੀ ਦੀ ਲੜਾਈ ਨੂੰ ਬੜੀ ਬਹਾਦਰੀ ਦੇ ਨਾਲ ਇਕੱਲੇ ਲੜ ਰਹੇ ਨੇ, ਉਹਨਾਂ ਦੇ ਲਈ ਇਹ ਵੀਡੀਓ ਹੈ। ਵੈਸੇ ਤਾਂ ਇਨਸਾਨ ਇਕੱਲਾ ਆਇਆ ਅਤੇ ਇਕੱਲੇ ਜਾਣਾ, ਇਹ ਬੜਾ ਵੱਡਾ ਸੱਚ ਹੈ, ਪਰ ਹਰ ਇਨਸਾਨ ਨੂੰ ਜ਼ਿੰਦਗੀ 'ਚ ਜਿਉਣ ਦੇ ਲਈ ਕੁਛ ਲੋਕਾਂ ਦੀ, ਦੋਸਤਾਂ ਦੀ, ਸਹਾਰਿਆਂ ਦੀ ਜ਼ਰੂਰਤ ਹੁੰਦੀ ਹੈ। ਤਮਾਮ ਉਹ ਲੋਕ ਜਿਹੜੇ ਤੁਹਾਡੇ 'ਚ ਵਿਸ਼ਵਾਸ ਨਹੀਂ ਕਰਦੇ, ਜਿਨ੍ਹਾਂ ਨੂੰ ਲੱਗਦਾ ਕਿ ਤੁਸੀਂ ਕਿਸੇ ਕੰਮ ਦੇ ਨਹੀਂ ਹੋ ਔਰ ਜਿਨ੍ਹਾਂ ਨੂੰ ਤੁਹਾਡੇ ਤੋਂ ਕੋਈ ਫਾਇਦਾ ਨਹੀਂ ਹੈ, ਉਹਨਾਂ ਨੇ ਤੁਹਾਨੂੰ ਛੱਡ ਦਿੱਤਾ ਅਤੇ ਤੁਸੀਂ ਇਕੱਲੇ ਮਹਿਸੂਸ ਕਰਦੇ ਹੋ। ਬਿਲੀਵ ਇਨ ਯੋਰ ਸੈਲਫ, ਕੋਈ ਜ਼ਰੂਰਤ ਨਹੀਂ ਹੈ ਪ੍ਰੂਵ ਕਰਨ ਦੀ, ਕਿਉਂਕਿ ਤੁਹਾਡੇ 'ਚ ਇੰਨੀ ਕਸ਼ਮਤਾ ਹੈ, ਤੁਹਾਡੇ 'ਚ ਇੰਨਾ ਪੋਟੈਂਸ਼ੀਅਲ ਹੈ ਕਿ ਤੁਸੀਂ ਇਹ ਪ੍ਰੂਵ ਕਰਕੇ ਦੱਸੋਗੇ। ਜਦੋਂ ਇਨਸਾਨ ਕੁਛ ਨਹੀਂ ਹੁੰਦਾ ਨਾ, ਤਾਂ ਲੋਕ ਉਸਦੇ ਕੋਲੋਂ ਕੰਨੀ ਕਤਰਾ ਕੇ ਨਿਕਲਦੇ ਨੇ ਕਿ ਕਿਧਰੇ ਇਹ ਕੁਛ ਮੰਗ ਨਾ ਲਵੇ, ਕੋਈ ਮਦਦ ਨਾ ਮੰਗ ਲਵੇ, ਪੈਸੇ ਨਾ ਮੰਗ ਲਵੇ। ਪਰ ਉਹੀ ਇਨਸਾਨ ਜਦੋਂ ਕਾਮਯਾਬ ਹੋ ਜਾਂਦਾ ਨਾ, ਤਾਂ ਉਹ ਲੋਕ ਦੁਨੀਆ ਨੂੰ ਦੱਸਦੇ ਨੇ, ਇਹ ਸਾਡਾ ਰਿਸ਼ਤੇਦਾਰ ਹੈ ਦੂਰ ਦਾ। ਇਹ ਲੋਕਾਂ ਦੀ ਫਿਤਰਤ ਹੈ ਔਰ ਇਸ ਫਿਤਰਤ ਨੂੰ ਬੜੀ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ, ਕਿਉਂਕਿ ਜ਼ਿੰਦਗੀ ਦੀ ਲੜਾਈ ਇੱਕ ਜਰਨੀ ਹੈ, ਇੱਕ ਸਫ਼ਰ ਹੈ ਜੋ ਹਰ ਇਨਸਾਨ ਨੂੰ ਇਕੱਲੇ ਹੀ ਤੈਅ ਕਰਨਾ ਪੈਣਾ ਹੈ। ਸੋ ਬਿਲੀਵ ਇਨ ਯੋਰ ਸੈਲਫ, ਆਪਣੇ ਆਪ 'ਤੇ ਯਕੀਨ ਰੱਖੋ, ਕਿਉਂਕਿ ਜਿਹੜੀ ਕਾਮਯਾਬੀ ਦੀ ਸੜਕ ਹੈ ਨਾ, ਦ ਰੋਡ ਆਫ ਸਕਸੈਸ ਇਜ਼ ਆਲਵੇਜ਼ ਅਲੋਨ, ਉਹ ਇਕੱਲੇ ਹੀ ਤੈਅ ਕਰਨੀ ਪੈਂਦੀ ਹੈ। ਅਗਰ ਤੁਸੀਂ ਸੈਰ ਕਰਦਿਆਂ ਹੋਇਆ ਤੁਹਾਡੇ ਨਾਲ ਕੋਈ ਬੰਦਾ ਹੋਏਗਾ, ਤੁਸੀਂ ਗੱਲਾਂ ਕਰੋਗੇ, ਤਾਂ ਜਿਹੜੀ ਸੈਰ ਤੁਸੀਂ ਅੱਧੇ ਘੰਟੇ ਦੇ ਵਿੱਚ 5 ਕਿਲੋਮੀਟਰ ਕਰ ਲੈਣੀ ਹੈ ਨਾ, ਉਹੀ ਤੁਸੀਂ 2 ਕਿਲੋਮੀਟਰ ਕਰੋਗੇ। ਯਾਨੀ ਕਿ ਕਾਮਯਾਬੀ ਦੇ ਵਿੱਚ ਇੰਨਾ ਵੱਡਾ ਅੜਿੱਚਣ ਪੈ ਜਾਂਦਾ ਅਗਰ ਸਾਥ ਸਹੀ ਨਾ ਹੋਵੇ। ਸੋ ਉਹਦੇ ਨਾਲ ਉਹ ਬਿਹਤਰ ਨਹੀਂ ਹੈ ਕਿ ਇਸ ਜ਼ਿੰਦਗੀ ਦੀ ਲੜਾਈ ਦੇ ਵਿੱਚ ਲੜ ਕੇ ਇਸ ਨੂੰ ਜਿੱਤ ਕੇ ਲੋਕਾਂ ਨੂੰ ਵਿਖਾਓ, ਤਾਂ ਕਿ ਜਦੋਂ ਤੁਸੀਂ ਇਸ ਲੜਾਈ ਨੂੰ ਜਿੱਤ ਕੇ ਆਪ ਪਿੱਛੇ ਮੁੜ ਕੇ ਆਪਣੇ ਸਫ਼ਰ 'ਤੇ ਝਾਤੀ ਮਾਰੋ, ਤਾਂ ਯੂ ਸ਼ੁੱਡ ਬੀ ਪ੍ਰਾਊਡ ਆਫ ਯੂਅਰ ਸੈਲਫ। ਆਪਣੇ ਆਪ 'ਤੇ ਤੁਹਾਨੂੰ ਮਾਣ ਹੋਵੇ ਕਿ ਇਸ ਲੜਾਈ 'ਚ ਕੋਈ ਨਹੀਂ ਸੀਗਾ ਜਿਸ ਨੇ ਮੇਰੇ 'ਤੇ ਵਿਸ਼ਵਾਸ ਕੀਤਾ, ਪਰ ਹਾਂ, ਮੈਂ ਆਪਣੇ ਆਪ 'ਤੇ ਵਿਸ਼ਵਾਸ ਕਰਦਾ, ਇਹ ਵੱਡੀ ਗੱਲ ਹੈ। ਇਸ ਲੜਾਈ 'ਚ ਕੋਈ ਨਹੀਂ ਸੀਗਾ ਜਿਸ ਨੇ ਮੈਨੂੰ ਖੰਭ ਦਿੱਤੇ ਹੁੰਦੇ ਉੱਡਣ ਦੇ ਲਈ, ਪਰ ਮੈਂ ਆਪਣੇ ਖੰਭਾਂ ਨੂੰ ਇੰਨਾ ਮਜ਼ਬੂਤ ਕੀਤਾ ਕਿ ਇਸ ਅਸਮਾਨ ਨੂੰ ਮੇਰੇ ਅੱਗੇ ਝੁਕਣਾ ਪਿਆ, ਇਹ ਕੋਈ ਛੋਟੀ ਗੱਲ ਨਹੀਂ। ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਉਦੋਂ ਜਦੋਂ ਤੁਸੀਂ ਬਹੁਤ ਲੋਅ ਫੀਲ ਕਰਦੇ ਹੋ। ਮੈਨੂੰ ਪਤਾ ਹੈ ਕਿ ਹਰ ਪਲ ਤੁਸੀਂ ਬਹੁਤ ਐਕਸਾਈਟਡ ਜਾਂ ਸੁਪਰ ਐਕਸਾਈਟਡ ਨਹੀਂ ਰਹਿ ਸਕਦੇ। ਕਦੀ ਕਦੀ ਕੋਈ ਇਹੋ ਜਿਹੇ ਪਲ ਆਉਂਦੇ ਨੇ ਜਦੋਂ ਤੁਹਾਨੂੰ ਲੱਗਦਾ ਕਿ ਮੈਂ ਇਹਨਾਂ ਲੋਕਾਂ ਦੇ ਲਈ, ਇਹਨਾਂ ਦੋਸਤਾਂ ਲਈ, ਇਹਨਾਂ ਰਿਸ਼ਤੇਦਾਰਾਂ ਲਈ, ਇਹਨਾਂ ਭੈਣ ਭਰਾਵਾਂ ਲਈ ਇੰਨਾ ਕੁਛ ਕੀਤਾ, ਅਤੇ ਅੱਜ ਜਦੋਂ ਮੈਨੂੰ ਲੋੜ ਹੈ ਤਾਂ ਮੇਰੇ ਲਈ ਕੋਈ ਵੀ ਮੇਰੇ ਸਾਹਮਣੇ ਹਾਜ਼ਰ ਨਹੀਂ, ਮੇਰੀ ਜ਼ਿੰਦਗੀ 'ਚ ਸ਼ਾਮਿਲ ਨਹੀਂ। ਉਹੀ ਇੱਕ ਪਲ ਹੁੰਦਾ ਜਦੋਂ ਤੁਸੀਂ ਆਪਣੇ ਨਾਲ ਆਪਣੇ ਆਪ ਨੂੰ ਮਜ਼ਬੂਤ ਕਰਨਾ ਹੁੰਦਾ। ਪਰਮਾਤਮਾ ਨੇ ਹਰ ਚੀਜ਼ ਇਨਸਾਨ ਦੇ ਅੰਦਰ ਪੈਦਾ ਕੀਤੀ ਹੈ। ਸਿਰਫ਼ ਤੁਸੀਂ ਆਪਣੇ ਵਿਚਾਰਾਂ ਦੀ ਤਾਕਤ ਨੂੰ ਜਦੋਂ ਉਹਨਾਂ ਦਾ ਰੁੱਖ ਮੋੜ ਕੇ ਆਪਣੇ ਵੱਲ ਕਰ ਦਿੰਦੇ ਹੋ, ਤਾਂ ਉਹ ਇਕੱਲਾਪਣ ਜਿਹੜਾ ਉਹ ਹਜ਼ਾਰਾਂ ਲੋਕਾਂ 'ਚ ਤਬਦੀਲ ਹੋ ਜਾਂਦਾ। ਤੁਸੀਂ ਵੇਖਿਆ ਕਈ ਲੋਕ ਇਕੱਲੇ ਰਹਿੰਦੇ ਹੋਏ ਵੀ ਇਉਂ ਰਹਿੰਦੇ ਨੇ ਜਿਵੇਂ ਉਹਨਾਂ ਦੇ ਨਾਲ ਪੂਰੀ ਮਹਿਫਿਲ, ਪੂਰੀ ਦੁਨੀਆ ਰਹਿੰਦੀ ਹੋਵੇ, ਅਤੇ ਕਈ ਲੋਕ ਭੀੜ ਦੇ ਵਿੱਚ ਵੀ ਰਹਿੰਦਿਆਂ ਹੋਇਆ ਇੰਨਾ ਇਕੱਲਾ ਮਹਿਸੂਸ ਕਰਦੇ ਨੇ ਜਿਵੇਂ ਉਹਨਾਂ ਦੇ ਕੋਲ ਕੋਈ ਹੋਏ ਹੀ ਨਾ। ਤੁਹਾਡੇ ਅੰਦਰ ਹੀ ਇਹ ਸਭ ਕੁਛ ਤੁਸੀਂ ਮਹਿਸੂਸ ਕਰਨਾ ਔਰ ਉਸ ਤਾਕਤ ਨੂੰ ਆਪਣੀ ਸਭ ਤੋਂ ਵੱਡੀ ਹੌਸਲੇ ਦੀ ਉਸ ਉਡਾਨ ਦੇ ਵਿੱਚ ਬਦਲਣਾ ਹੈ ਜੋ ਤੁਹਾਨੂੰ ਇਹ ਦੱਸੇਗੀ। ਉਹ ਤਮਾਮ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਤੁਹਾਨੂੰ ਸਪੋਰਟ ਨਹੀਂ ਕੀਤਾ, ਜਿਨ੍ਹਾਂ ਨੇ ਤੁਹਾਨੂੰ ਜ਼ਿੰਦਗੀ 'ਚ ਉਸ ਰਾਹ ਦੇ ਉੱਤੇ ਉਦੋਂ ਛੱਡਿਆ ਜਦੋਂ ਤੁਹਾਨੂੰ ਸਭ ਤੋਂ ਜ਼ਿਆਦਾ ਉਹਨਾਂ ਦੀ ਜ਼ਰੂਰਤ ਸੀ। ਔਰ ਵਿਸ਼ਵਾਸ ਕਰਨਾ, ਜਿੱਤਣ ਵਾਲੇ ਜਦੋਂ ਹਾਰ ਕੇ ਦੁਬਾਰਾ ਉੱਠ ਕੇ ਭੱਜ ਕੇ ਜਿੱਤਦੇ ਨੇ ਨਾ, ਫਿਰ ਦੁਨੀਆ ਫਤਿਹ ਉਹੀ ਲੋਕ ਕਰਦੇ ਨੇ। ਆਈ ਫਿਰ ਹਵਾ ਜ਼ਾਫਰਾਨ ਕੀ, ਖੁੱਲ੍ਹੀ ਫਿਰ ਖਿੜਕੀ ਮੇਰੇ ਮਕਾਨ ਕੀ, ਇਹ ਹਾਰੇ ਹੋਏ ਪਰਿੰਦੇ ਜ਼ਰਾ ਉੜ ਕੇ ਦੇਖ, ਜ਼ਮੀਨ ਪਰ ਆ ਜਾਏਗੀ ਛੱਤ ਆਸਮਾਨ ਕੀ। ਜ਼ਿੰਦਗੀ ਬੜੀ ਖੂਬਸੂਰਤ ਹੈ, ਇਸ ਇਕੱਲਤਾ ਨੂੰ ਜ਼ਿੰਦਗੀ ਦੀ ਤਾਕਤ ਬਣਾਓ, ਕਿਉਂਕਿ ਜਿਨ੍ਹਾਂ ਦੇ ਵਿੰਗਸ ਦੇ ਵਿੱਚ, ਜਿਨ੍ਹਾਂ ਦੇ ਖੰਭਾਂ ਦੇ ਵਿੱਚ ਪਰਵਾਜ਼ ਹੁੰਦੀ ਹੈ, ਜਾਣ ਹੁੰਦੀ ਹੈ, ਅਸਮਾਨ ਨੂੰ ਟਾਕੀ ਵੀ, ਅਸਮਾਨ ਦੀ ਉਡਾਨ ਵੀ ਉਹੀ ਲੋਕ ਭਰਦੇ ਨੇ। ਸੈਲੀਬ੍ਰੇਟ ਲਾਈਫ।